हेलो एवरीवन, वेलकम बैक टू आवर यूट्यूब चैनल एक्सीलेंस एकेडमी। होप सारे ठीक होगे एंड बड़े बढ़िया तरीके नाल अपनी तैयारी कर रहे होगे। तो आपा लेके चल रहे हैं जी पंजाब हिस्ट्री दे मॉक टेस्ट दी सीरीज, जिस विच आपा ने 300 तो प्लस एमसीक्यू कवर करने हैं, जिसका अज की है भी डे 11। इस तो पहला आपा 10 क्लासेस कर चुके हैं। ਜੋ ਕੈਂਡੀਡੇਟ ਫਸਟ ਟਾਈਮ ਚੈਨਲ ਤੇ ਆਇਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਐਂਡ ਬਾਕੀ ਦੀ ਕਲਾਸਿਸ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਮਿਲ ਜਾਏਗਾ, ਉੱਥੋਂ ਜਾ ਕੇ ਸਭ ਨੇ ਉਹ ਜ਼ਰੂਰ ਕਵਰ ਕਰਨਾ। ਤਾਂ ਆਪਾਂ 150 ਕੁਐਸਚਨ ਕਰ ਚੁੱਕੇ ਹਾਂ, ਅੱਜ ਆਪਾਂ ਕਰਾਂਗੇ 151 ਨੰਬਰ ਤੋਂ ਸਟਾਰਟ। ਆਲ ਦੇ ਆਲ ਕੁਐਸਚਨ ਇੰਪੋਰਟੈਂਟ ਨੇ ਤੇ ਇੱਕ ਨਾ ਕਾਫੀ ਸਟੂਡੈਂਟ ਪੁੱਛ ਰਹੇ ਸੀ ਪੀਡੀਐਫ ਦਾ, ਠੀਕ ਹੈ। ਪੀਡੀਐਫ ਰਾਜੇ ਤੁਹਾਨੂੰ ਟੈਲੀਗ੍ਰਾਮ ਗਰੁੱਪ ਵਿੱਚ ਮਿਲ ਜੇਗੀ, ਉਸਦਾ ਵੀ ਲਿੰਕ ਡਿਸਕ੍ਰਿਪਸ਼ਨ ਵਿੱਚ ਹੈਗਾ। ਟੈਲੀਗ੍ਰਾਮ ਗਰੁੱਪ ਨੂੰ ਕੀ ਕਰ ਲਓ, ਜੁਆਇਨ ਕਰ ਲਓ, ਉੱਥੇ ਤੁਹਾਨੂੰ ਪਿਛਲੀਆਂ ਵੀ ਤੇ ਸਾਰੀਆਂ ਪੀਡੀਐਫ ਐਂਡ ਵੀਡੀਓ ਦਾ ਲਿੰਕ ਸਭ ਕੁਝ ਪ੍ਰੋਵਾਈਡ ਹੋ ਜਾਏਗਾ। ਬਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਭ ਨੇ ਜ਼ਰੂਰ ਕਰਨਾ। ਓਕੇ ਜੀ, ਚਲਦੇ ਹਾਂ ਜੀ ਆਪਣੇ ਫਸਟ ਕੁਐਸਚਨ ਵੱਲ। ਦੇਖੋ ਜੀ 151 ਨੰਬਰ ਕੁਐਸਚਨ ਦੇਖੋ, ਕਹਿੰਦੇ ਗਦਰ ਪਾਰਟੀ ਦਾ ਮੁੱਢਲਾ ਨਾਮ ਕੀ ਸੀ। ਗਦਰ ਪਾਰਟੀ ਦਾ ਮੁੱਢਲਾ ਨਾਮ ਕੀ ਸੀ? ਆਪਸ਼ਨ ਏ ਹੈ ਕਹਿੰਦੇ ਹਿੰਦੀ ਪੈਸਿਫਿਕ ਐਸੋਸੀਏਸ਼ਨ, ਗਦਰ ਦਲ, ਨੌਜਵਾਨ ਕ੍ਰਾਂਤੀ ਦਲ ਜਾਂ ਸਵਰਾਜ ਪਾਰਟੀ। ਇਸ ਦਾ ਜੋ ਰਾਈਟ ਆਨਸਰ ਹੈ ਆਪਣੇ ਕੋਲੇ ਕੀ ਹੈਗਾ ਵੀ ਆਪਸ਼ਨ ਏ ਹੈ ਹਿੰਦੀ ਐਸੋਸੀਏਸ਼ਨ ਪੈਸਿਫਿਕ ਐਸੋਸੀਏਸ਼ਨ। ਤਾਂ ਦੇਖੋ ਪਹਿਲਾਂ ਜਿੰਨੇ ਲੈਕਚਰ ਕੀਤੇ ਨੇ ਤੁਹਾਨੂੰ ਮੈਂ ਕਿਹਾ ਸੀ ਗਦਰ ਪਾਰਟੀ ਬਾਰੇ ਸਭ ਨੇ ਜ਼ਰੂਰ ਡਿਟੇਲ ਵਿੱਚ ਪੜ੍ਹ ਲੈਣਾ, ਕਾਫੀ ਇੰਪੋਰਟੈਂਟ ਹੈ। ਜਿੰਨੇ ਵੀ ਆਪਣੇ ਕ੍ਰਾਂਤੀਕਾਰੀ ਹੋਏ ਨਾ ਸਾਰੇ ਦੇ ਸਾਰੇ ਇੰਪੋਰਟੈਂਟ ਹੈ, ਵੀ ਸਾਰੇ ਦੇ ਸਾਰੇ ਕੀ ਹੈਗਾ ਇੰਪੋਰਟੈਂਟ ਹੈਗਾ, ਸਭ ਨੇ ਜ਼ਰੂਰ ਪੜ੍ਹਨਾ। ਚਲਦੇ ਹਾਂ ਜੀ ਨੈਕਸਟ ਕੁਐਸਚਨ, ਇਹਦੇ ਨਾਲ ਰਿਲੇਟਡ ਹੈ। ਗਦਰ ਪਾਰਟੀ ਦਾ ਪਹਿਲਾ ਪ੍ਰਧਾਨ ਕੌਣ ਸੀ, ਫਸਟ ਜੋ ਉਸਦਾ ਹੈੱਡ ਸੀ ਜਾਂ ਪਹਿਲਾ ਪ੍ਰਧਾਨ ਕੌਣ ਸੀ? ਆਪਸ਼ਨ ਇਹ ਦੇਖਿਓ ਜੇ, ਬਾਬਾ ਸੋਹਣ ਸਿੰਘ, ਰਾਸ ਬਿਹਾਰੀ ਬੋਸ, ਲਾਲਾ ਹਰਦਿਆਲ ਜਾਂ ਕਰਤਾਰ ਸਿੰਘ। ਤਾਂ ਇਸਦਾ ਰਾਈਟ ਆਨਸਰ ਆਪਣੇ ਕੋਲ ਬਣਦਾ ਹੈ ਜੀ ਬਾਬਾ ਸੋਹਣ ਸਿੰਘ ਪਕਨਾ। ਨਾਮ ਤਾਂ ਸਭ ਨੇ ਵੀ ਸੁਣਿਆ ਹੈਗਾ ਨਾ ਬਾਬਾ ਸੋਹਣ ਸਿੰਘ ਪਕਨਾ, ਗਦਰ ਪਾਰਟੀ ਦਾ ਕੀ ਸੀਗਾ ਪਹਿਲਾ ਪ੍ਰਧਾਨ। ਹੁਣ ਆਪਾਂ ਗਦਰ ਪਾਰਟੀ ਦੀ ਕੁਝ ਡਿਟੇਲ ਵਿੱਚ ਦੋ ਚਾਰ ਲਾਈਨਾਂ ਪੜ੍ਹਦੇ ਹਾਂ ਜੋ ਆਪਣੇ ਪੇਪਰ ਲਿਖੀ ਹੈਗੀ ਆ ਇੰਪੋਰਟੈਂਟ। ਦੇਖੋ ਗਦਰ ਪਾਰਟੀ ਦੀ ਸਥਾਪਨਾ ਕਿੱਥੇ ਹੋਈ ਸੀ? ਤਾਂ ਕਿੱਥੇ ਹੋਈ ਸੀ? ਅਮੈਰੀਕਾ ਵਿੱਚ। ਇਹ ਵੀ ਯਾਦ ਰੱਖੋ ਜੀ, ਗਦਰ ਪਾਰਟੀ ਦੀ ਸਥਾਪਨਾ ਕਿੱਥੇ ਹੋਈ ਸੀ? ਅਮੈਰੀਕਾ ਵਿੱਚ ਹੈਗੀ। ਹੁਣ ਕਦੋਂ ਹੋਈ ਸੀ ਇਹ ਤੁਹਾਡਾ ਹੋਮਵਰਕ ਹੈ, ਠੀਕ ਹੈ, ਕਿਉਂਕਿ ਅੱਗੇ ਕੁਐਸਚਨ ਆਏਗਾ ਇਸ ਕਰਕੇ ਪਹਿਲਾਂ ਹੀ ਪੜ੍ਹ ਕੇ ਰੱਖੋ ਜੀ। ਮੇਨ ਹੈੱਡ ਆਫਿਸ ਕਿੱਥੇ ਸੀ? ਸੈਨ ਫਰਾਂਸਿਸਕੋ। ਕਿੱਥੇ? ਅਮੈਰੀਕਾ ਵਿੱਚ, ਸੈਨ ਫਰਾਂਸਿਸਕੋ ਅਮੈਰੀਕਾ ਵਿੱਚ। ਬਾਬਾ ਸੋਹਣ ਸਿੰਘ ਪਕਨਾ ਦਾ ਜਨਮ ਕਦੋਂ ਹੋਇਆ ਸੀ? 1870। ਕਿੱਥੇ? ਅੰਮ੍ਰਿਤਸਰ ਵਿੱਚ ਬਾਬਾ ਸੋਹਣ ਸਿੰਘ ਪਕਨਾ ਦਾ ਕੀ ਹੋਇਆ ਸੀ ਜਨਮ। ਜੇਕਰ ਇਹਨਾਂ ਦੀ ਡੈਥ ਦੀ ਗੱਲ ਕਰੀਏ ਤਾਂ ਡੈਥ ਹੋਈ ਸੀ 1968 ਵਿੱਚ, ਠੀਕ ਹੈ। ਡੈਥ ਕਦੋਂ ਹੋਈ ਸੀ? 1968 ਵਿੱਚ। ਅਗਲਾ ਵੀ ਇੰਪੋਰਟੈਂਟ ਹੈ, ਗਦਰ ਨਾਮਕ ਅਖਬਾਰ ਨਿਊਜ਼ ਪੇਪਰ ਦੀ ਗੱਲ ਕਰ ਰਹੇ ਨੇ, ਅਖਬਾਰ ਦਾ ਸੰਪਾਦਕ ਕੌਣ ਸੀ? ਤਾਂ ਆਪਾਂ ਹੁਣ ਇੱਕ ਆਪਸ਼ਨ ਕਰੀ ਸੀ, ਕਿਹੜੀ ਸੀ ਆਪਸ਼ਨ ਹੋਈ ਸੀ ਨਾ, ਲਾਲਾ ਹਰਦਿਆਲ। ਤਾਂ ਜਿਹੜੀ ਨਿਊਜ਼ ਦਾ ਸੰਪਾਦਕ ਕੌਣ ਸੀ? ਲਾਲਾ ਹਰਦਿਆਲ, ਠੀਕ ਹੈ। ਤਾਂ ਇੱਦਾਂ ਵੀ ਆਪਾਂ ਆਪਸ਼ਨ ਕੱਟ ਕੱਟ ਕੇ ਵੀ ਕੁਐਸਚਨ ਨੂੰ ਕਰ ਸਕਦੇ ਹਾਂ। ਚਲਦੇ ਹਾਂ ਜੀ ਆਪਣੇ ਨੈਕਸਟ ਕੁਐਸਚਨ 153 ਤੇ। ਸ਼ਹੀਦ ਭਗਤ ਸਿੰਘ ਤੇ ਸਾਥੀ ਨੇ, ਮਤਲਬ ਉਸਦੇ ਸਾਥੀ ਨੇ ਕਿੱਥੇ ਬੰਬ ਧਮਾਕੇ ਕੀਤੇ ਸਨ? ਯਾਦ ਹੈ ਨਾ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ, ਪਰ ਹੁਣ ਅਸੈਂਬਲੀ ਤਾਂ ਹਰੇਕ ਆਪਸ਼ਨ ਵਿੱਚ ਹੈਗਾ, ਕੇਂਦਰੀ ਅਸੈਂਬਲੀ ਹਾਲ, ਲਾਹੌਰ, ਦਿੱਲੀ, ਅੰਮ੍ਰਿਤਸਰ, ਕੋਲਕਾਤਾ। ਤਾਂ ਕਿੱਥੇ ਕਿਤੇ ਸੀ? ਦਿੱਲੀ ਵਿੱਚ, ਠੀਕ ਹੈ, ਇਹ ਯਾਦ ਰੱਖੋ ਜੀ। ਬੰਬ ਧਮਾਕੇ ਕਿੱਥੇ ਕਿਤੇ ਸੀ? ਦਿੱਲੀ ਵਿੱਚ, ਜਿਸ ਕਰਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਇਸ ਜਿੱਥੇ ਬੰਬ ਬਣਦੇ ਸਨ। ਚਲਦੇ ਹਾਂ ਇਹਦੇ ਬਾਰੇ ਡਿਟੇਲ, ਇੰਪੋਰਟੈਂਟ ਹੈ ਜੀ। ਭਗਤ ਸਿੰਘ ਅਤੇ ਉਹਨਾਂ ਦੇ ਸਾਥੀ, ਹੁਣ ਨਾ ਪੰਜਾਬ ਪੁਲਿਸ ਦਾ ਜਿਹੜਾ ਪੇਪਰ ਹੋਇਆ ਸੀ ਨਾ 4300 ਵੈਕੈਂਸੀ ਵਾਲਾ ਜੋ ਐਗਜ਼ਾਮ ਹੋਇਆ ਸੀ 2021 ਵਿੱਚ,
ਉਹਦੇ ਵਿੱਚ ਇਹ ਕੁਐਸਚਨ ਆਇਆ ਸੀ, ਅਸਲ ਵਿੱਚ ਉਹਨਾਂ ਨੂੰ ਬੜਾ ਸੌਖਾ ਪੁੱਛ ਲਿਆ। ਉਹਦੇ ਵਿੱਚ ਕੁਐਸਚਨ ਕੀ ਸੀ ਸੁਣਿਓ, ਇਹ ਕੁਐਸਚਨ ਸੀ ਕਿ ਬਟਕੇਸ਼ਵਰ ਦੱਤ ਨਾਲ ਕਿਹੜੇ ਕ੍ਰਾਂਤੀਕਾਰੀ ਨੇ ਬੰਬ ਸੁੱਟਿਆ ਸੀ। ਹੁਣ ਇਹ ਤਾਂ ਸਭ ਨੂੰ ਪਤਾ ਹੈ ਕਿ ਭਗਤ ਸਿੰਘ ਨੇ ਸੁੱਟਿਆ ਸੀ। ਬਾਏ ਚਾਂਸ ਜੇ ਇੱਦਾਂ ਪੁੱਛ ਲੈਂਦੇ ਨਾ ਭਗਤ ਸਿੰਘ ਨਾਲ ਕਿਹੜੇ ਕ੍ਰਾਂਤੀਕਾਰੀ ਨੇ ਬੰਬ ਸੁੱਟਿਆ ਸੀ ਤਾਂ ਅੱਧੇ ਅੱਧਿਆਂ ਨੇ ਗਲਤ ਕਰ ਦੇਣੇ, ਕੋਈ ਰਾਜਗੁਰੂ ਲਾਇਆ ਦਾ, ਕੋਈ ਸੁਖਦੇਵ, ਕੋਈ ਚੰਦਰ ਸ਼ੇਖਰ ਆਜ਼ਾਦ। ਯਾਦ ਰੱਖੋ ਜੇ ਭਗਤ ਸਿੰਘ ਨਾਲ ਅਸੈਂਬਲੀ ਵਿੱਚ ਬੰਬ ਕਿਹਨੇ ਸੁੱਟਿਆ ਸੀ, ਬੀਕੇ, ਬੀਕੇ ਯਾਦ ਰੱਖ ਲਓ, ਬੀਕੇ ਦੱਤ, ਠੀਕ ਹੈ। ਕਦੋਂ? 8 ਅਪ੍ਰੈਲ 1929। 8 ਅਪ੍ਰੈਲ 1929 ਕਿਹੜੀ ਅਸੈਂਬਲੀ ਦਿੱਲੀ ਹੁਣੇ ਪੜਿਆ। ਬੰਬ ਬਣਾਉਣ ਦੀ ਫੈਕਟਰੀ ਕਿੱਥੇ ਲਗਾਈ ਗਈ ਸੀ? ਲਾਹੌਰ ਤੇ ਆਗਰਾ, ਠੀਕ ਹੈ। ਲਾਹੌਰ ਤੇ ਆਗਰਾ ਵਿੱਚ ਬੰਬ ਬਣਾਉਣ ਦੀ ਕੀ ਲਗਾਈ ਗਈ? ਫੈਕਟਰੀ ਲਗਾਈ ਗਈ ਸੀ। ਉਹ ਸਭ ਨੂੰ ਯਾਦ ਹੋਏਗਾ, ਯਾਦ ਹੋ ਗਿਆ ਹੈਗਾ। ਸੁਣੋ, ਇੱਕ ਨਾ ਮੂਵੀ ਹੈ ਜੋ ਸ਼ਹੀਦੇ ਆਦਮ ਭਗਤ ਸਿੰਘ, ਉਹਦੇ ਵਿੱਚ ਨਾ ਇਹਨਾਂ ਦੇ ਖਿਲਾਫ ਇਹਨਾਂ ਦਾ ਇੱਕ ਸਾਥੀ ਗਵਾਹੀ ਦੇ ਦਿੰਦਾ ਕਿ ਬੰਬ ਬਣਾਉਣ ਬਾਰੇ। ਤਾਂ ਜਿਹੜਾ ਵਕੀਲ ਹੁੰਦਾ ਉਹਨੂੰ ਪੁੱਛਦਾ, ਤੇ ਇਹ ਵੀ ਸਾਰੇ ਪੁੱਛਦੇ ਨੇ ਬੰਬ ਕਿਵੇਂ ਕਿਉਂ, ਸਾਰੀਆਂ ਗੱਲਾਂ ਦੱਸਦਾ, ਪਹਿਲਾਂ ਇਹ ਵਾਲਾ ਕੈਮੀਕਲ ਲਓ, ਫਿਰ ਇਹ, ਹੈ ਨਾ, ਇੱਦਾਂ ਇੱਦਾਂ ਕਰਕੇ 10-15 ਕੈਮੀਕਲ। ਫਿਰ ਸਾਰੇ ਹੱਸਦੇ ਨੇ, ਕਹਿੰਦੇ ਜਿੰਨਾ ਅਸੀਂ ਮੁਸ਼ਕਿਲ ਨਾਲ ਬੰਬ ਬਣਾਉਣਾ ਸਿੱਖਿਆ, ਹੁਣ ਭਾਰਤ ਦਾ ਬੱਚਾ ਬੱਚਾ ਬੜੀ ਆਸਾਨੀ ਨਾਲ ਬੰਬ ਬਣਾਏਗਾ ਤੇ ਅੰਗਰੇਜ਼ਾਂ ਤੋਂ ਸੁੱਟੇਗਾ, ਠੀਕ ਹੈ। ਚਲੋ ਜੀ, ਨੈਕਸਟ ਚੱਲਦੇ ਹਾਂ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਜਾਣਕਾਰੀ ਦੇਣ ਵਾਲਾ ਸਭ ਤੋਂ ਯੋਗ, ਮਤਲਬ ਕਿ ਮੇਨ ਸਰੋਤ ਕਿਹੜਾ, ਮੇਨ ਕਿਹੜਾ, ਕਿੱਥੋਂ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਉਦਾਸੀਆਂ ਬਾਰੇ ਪਤਾ ਚੱਲਦਾ ਹੈ? ਤਾਂ ਮਹਿਮਾ ਪ੍ਰਕਾਸ਼, ਜਨਮ ਸਾਖੀਆਂ, ਨਾਨਕ ਸੂਰਜੋਦਬ, ਨਾਨਕ ਪ੍ਰਕਾਸ਼ਨ। ਤਾਂ ਇਸਦਾ ਜਿਹੜਾ ਰਾਈਟ ਆਂਸਰ ਕੀ ਹੈਗਾ, ਉਹ ਹੈਗਾ ਆਪਸ਼ਨ ਬੀ ਹੈ। ਜਨਮ ਸਾਖੀਆਂ ਤੋਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਪੂਰਾ ਸਰੋਤ ਮਿਲਦਾ ਹੈ। ਜਨਮ ਸਾਖੀਆਂ ਕੀ ਹੈ? ਇੱਕ ਗੁਰੂ ਨਾਨਕ ਦੇਵ ਜੀ ਦੀ ਕੀ ਹੈ ਵੀ ਰਚਨਾ ਹੈ, ਗੁਰੂ ਨਾਨਕ ਦੇਵ ਜੀ ਦੀ ਕੀ ਹੈ ਰਚਨਾ ਹੈ, ਪੁੱਛ ਲੈਂਦੇ ਨੇ, ਜਿਵੇਂ ਜਪ ਜੀ ਸਾਹਿਬ, ਬਾਬਰ ਬਾਣੀ, ਉਸੇ ਤਰੀਕੇ ਨਾਲ ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੀ ਕੀ ਇੱਕ ਰਚਨਾ ਹੈ। ਹੋਪ ਇਹ ਕੁਐਸਚਨ ਸਭ ਨੂੰ ਕਲੀਅਰ ਹੋ ਗਿਆ ਹੈਗਾ। ਮੈਂ ਵਾਰ ਵਾਰ ਕਹਿ ਰਿਹਾ ਕਿ 1 ਤੋਂ 10 ਗੁਰੂ ਆਪਾਂ ਨੂੰ ਬੜੇ ਚੰਗੇ ਤਰੀਕੇ ਨਾਲ ਗੁਰੂ ਸਾਹਿਬਾਨ ਬਾਰੇ ਬੜੇ ਚੰਗੇ ਤਰੀਕੇ ਨਾਲ ਯਾਦ ਹੋਣਾ ਚਾਹੀਦਾ ਹੈ। ਕੱਲੀ ਕੱਲੀ ਗੱਲ, ਬਰਥ ਕਦੋਂ ਹੋਇਆ, ਗੁਰਗੱਦੀ ਕਦੋਂ ਪ੍ਰਾਪਤ ਹੋਈ, ਸਾਰੀਆਂ ਚੀਜ਼ਾਂ A to Z। ਓਕੇ, ਚਲੋ ਵੀ ਨੈਕਸਟ ਕੁਐਸਚਨ ਦੇਖੋ, 155। ਕਹਿੰਦੇ ਬਾਲਕ ਨਾਨਕ ਨੂੰ ਜਨੇਊ ਪਾਉਣ ਦੀ ਰਸਮ ਪੂਰੀ ਕਰਨ ਲਈ ਕਿਹੜਾ ਪੰਡਿਤ ਬੁਲਾਇਆ ਗਿਆ ਸੀ? ਜਦੋਂ ਪਤਾ ਨਾ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਇਆ ਸੀ ਜੋ ਬਚਪਨ ਵਿੱਚ, ਪੁੱਛ ਲੈਂਦੇ ਨੇ ਕਈ ਵਾਰ ਜਨੇਊ ਦੀ ਰਸਮ ਕਦੋਂ ਕੀਤੀ ਜਾਂਦੀ, ਤਾਂ ਬਚਪਨ ਵਿੱਚ ਬੱਚੇ ਨੂੰ ਕੀ ਪਾਇਆ ਜਾਂਦਾ, ਪਹਿਨਾਇਆ ਜਾਂਦਾ ਜਨੇਊ ਬੋਡੀ ਦੇ ਉੱਪਰ। ਤਾਂ ਜਨੇਊ ਪਾਉਣ ਦੀ ਰਸਮ ਲਈ ਪੰਡਿਤ ਕਿਰਪਾ ਰਾਮ, ਪੰਡਿਤ ਹਰਦਿਆਲ, ਪੰਡਿਤ ਗੋਪਾਲ ਜਾਂ ਰੁਕਮਦੀਨ। ਇਸਦਾ ਰਾਈਟ ਕੀ ਬਣੇਗਾ ਆਂਸਰ? ਆਪਸ਼ਨ ਬੀ ਹੈ, ਪੰਡਿਤ ਹਰਦਿਆਲ ਨੂੰ ਬੁਲਾਇਆ ਗਿਆ, ਠੀਕ ਹੈ। ਚਲੋ ਜੀ, ਇਹ ਆਪਣੇ 155 ਹੋ ਗਏ। 156 ਦੇਖੋ, ਅੱਗੇ ਚੱਲ ਗਿਆ, ਬਾਅਦ ਵਿੱਚ ਪੜ੍ਹਦੇ ਹਾਂ। ਆਦਿ ਗ੍ਰੰਥ ਵਿੱਚ ਗੁਰੂਆਂ ਦੀ ਬਾਣੀ ਨੂੰ ਕਿੰਨੇ ਰਾਗਾਂ ਵਿੱਚ ਵੰਡਿਆ ਗਿਆ? ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਰਹੇ ਨੇ, ਆਦਿ ਗ੍ਰੰਥ ਵਿੱਚ ਗੁਰੂਆਂ ਦੀ ਬਾਣੀ ਨੂੰ ਕਿੰਨੇ ਰਾਗਾਂ ਵਿੱਚ ਵੰਡਿਆ ਗਿਆ? ਆਪਸ਼ਨ ਏ 25, ਬੀ 62, ਸੀ 31, ਡੀ 30। ਤਾਂ ਰਾਈਟ ਆਂਸਰ ਕਿੰਨਾ? 31। ਕਿੰਨੇ ਰਾਗ? ਯਾਦ ਰੱਖ ਲਓ ਜੀ, ਕਿੰਨੇ ਰਾਗ? 31 ਰਾਗ। ਕਿੰਨੇ ਰਾਗਾਂ ਵਿੱਚ? 31 ਰਾਗ। ਆਦਿ ਗ੍ਰੰਥ ਬਾਰੇ ਆਪਾਂ ਥੋੜ੍ਹਾ ਡਿਟੇਲ ਵਿੱਚ ਪੜ੍ਹਦੇ ਹਾਂ। ਕਹਿੰਦੇ ਧਿਆਨ ਨਾਲ ਸੁਣੋ ਜੀ, ਜਦੋਂ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਤੋਂ ਆਦਿ ਗ੍ਰੰਥ ਲਿਖਵਾ ਰਹੇ ਸਨ, ਤਾਂ ਉਹਨਾਂ ਨੇ ਕੁਝ ਪੇਜ ਕੀ ਛੱਡਦੇ ਸਨ? ਕੁਝ ਪੇਜ ਕੀ ਛੱਡਦੇ ਸਨ? ਖਾਲੀ ਛੱਡਦੇ, ਠੀਕ ਹੈ। ਕਹਿੰਦੇ ਮੇਰੇ ਤੋਂ ਬਾਅਦ ਇੱਕ ਗੁਰੂ ਦੀ ਬਾਣੀ ਲਿਖਣੀ ਬਾਕੀ ਹੈ, ਉਹ ਕਿੰਨਵੇਂ ਗੁਰੂ ਸਨ? 9ਵੇਂ ਗੁਰੂ, ਉਹਨਾਂ ਦੀ ਬਾਣੀ ਲਿਖੀ ਗਈ। ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ? 6। ਕਿਹੜੇ ਕਿਹੜੇ? ਪਹਿਲੇ 5 ਗੁਰੂ ਤੇ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ। ਇਹ ਵੀ ਕੁਐਸਚਨ ਆਉਂਦਾ
ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਕਿਹਨਾਂ ਦੁਆਰਾ ਐਡ ਕਰਵਾਈ ਗਈ ਜਾਂ ਦਰਜ ਕਰਵਾਈ ਗਈ? ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਕੀ ਕੀਤੀ ਸੀ? ਦਰਜ ਕੀਤੀ ਸੀ। ਉਸ ਤੋਂ ਬਾਅਦ ਆਦਿ ਗ੍ਰੰਥ ਦੇ ਰਾਈਟਰ ਲਿਖਿਆ ਕਿਹਨਾਂ ਨੇ? ਭਾਈ ਗੁਰਦਾਸ ਜੀ ਨੇ। ਕੰਪਲੀਟ ਕਿਹਨਾਂ ਨੇ ਕਰਵਾਇਆ? ਗੁਰੂ ਅਰਜਨ ਦੇਵ ਜੀ ਨੇ। ਪਹਿਲੇ ਪਾਠੀ ਕੌਣ ਸਨ? ਬਾਬਾ ਬੁੱਢਾ ਜੀ। ਪਹਿਲੇ ਪਾਠੀ ਕੌਣ ਸਨ? ਬਾਬਾ ਬੁੱਢਾ ਜੀ ਸਨ। ਤਾਂ ਦੇਖੋ ਜੀ, ਆਪਣਾ ਆਦਿ ਗ੍ਰੰਥ ਨੂੰ ਸੰਪੂਰਨ ਕਦੋਂ ਹੋਇਆ ਸੀ? ਤਾਂ ਕਦੋਂ ਹੋਇਆ ਸੀ? 1604 ਵਿੱਚ। ਨੈਕਸਟ ਕੁਐਸਚਨ ਦੇਖੋ, ਪਹਿਲੀ ਅਤੇ ਆਖਰੀ ਔਰਤ, ਫਸਟ ਐਂਡ ਲਾਸਟ ਔਰਤ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਤਾਂ ਇੰਪੋਰਟੈਂਟ ਕੁਐਸਚਨ ਇਹ ਵਾਲਾ ਵੀ, ਠੀਕ ਹੈ ਜੀ, ਇੰਪੋਰਟੈਂਟ ਹੈ। ਬੀਬੀ ਪਾਨੀ, ਬੀਬੀ ਖੀਵੀ, ਬੀਬੀ ਨਾਨਕੀ ਜਾਂ ਮਾਤਾ ਗੁਜਰੀ? ਤਾਂ ਇਸਦਾ ਜੋ ਰਾਈਟ ਆਂਸਰ ਹੈ ਉਹ ਆਪਸ਼ਨ ਬੀ ਹੈ ਜੀ, ਬੀਬੀ ਖੀਵੀ। ਪਹਿਲੀ ਅਤੇ ਆਖਰੀ ਔਰਤ ਹਨ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਬੀਬੀ ਖੀਵੀ ਕੌਣ ਸਨ? ਦੇਖੋ, ਜੋ ਸੈਕਿੰਡ ਗੁਰੂ ਸਨ ਨਾ, ਸੈਕਿੰਡ ਗੁਰੂ ਗੁਰੂ ਅੰਗਦ ਦੇਵ ਜੀ ਪੜ੍ਹਦੇ ਹਾਂ ਆਪਾਂ। ਬੀਬੀ ਖੀਵੀ ਗੁਰੂ ਅੰਗਦ ਦੇਵ ਜੀ ਦੀ ਕੀ ਸਨ? ਪਤਨੀ ਸਨ। ਠੀਕ ਹੈ, ਮੈਂ ਪਹਿਲਾਂ ਹੀ ਕਿਹਾ ਸੀ ਗੁਰੂਆਂ ਬਾਰੇ ਪਤਾ ਹੋਣਾ ਚਾਹੀਦਾ। ਬੀਬੀ ਖੀਵੀ ਕਿੱਥੋਂ ਦੇ ਰਹਿਣ ਵਾਲੇ ਸਨ? ਖਡੂਰ ਸਾਹਿਬ ਦੇ ਰਹਿਣ ਵਾਲੇ ਸਨ। ਗੁਰੂ ਅੰਗਦ ਦੇਵ ਜੀ ਦੀ ਸੰਤਾਨ, ਦੋ ਪੁੱਤਰ ਅਤੇ ਦੋ ਪੁੱਤਰੀਆਂ, ਦਾਤੂ ਅਤੇ ਦਾਸੂ, ਬੀਬੀ ਅਮਰੋ ਅਤੇ ਬੀਬੀ ਅਨੋਖੀ। ਇਸ ਨੂੰ ਵੀ ਬੜੇ ਡਿਟੇਲ ਵਿੱਚ ਸਭ ਨੇ ਪੜ੍ਹ ਲੈਣਾ। ਤਾਂ ਸਭ ਨੇ ਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਦੇਖੋ, ਫ੍ਰੀ ਆਫ ਕੋਸਟ ਆਪਾਂ ਫ੍ਰੀ ਆਫ ਕੋਸਟ ਕੁਐਸਚਨ ਲੈ ਕੇ ਆ ਰਹੇ ਹਾਂ, ਕੋਈ ਫੀਸ ਚਾਰਜਿਸ ਨਹੀਂ ਕਰ ਰਿਹਾ। ਬਸ ਤੁਹਾਡਾ ਫਰਜ਼ ਇੰਨਾ, ਤੁਸੀਂ ਨਾ ਵੱਧ ਤੋਂ ਵੱਧ ਸ਼ੇਅਰ ਕਰਤਾ ਕਰੋ ਐਂਡ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਨੈਕਸਟ ਕੁਐਸਚਨ ਦੇਖੋ, 158, ਮਸੰਦ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ? ਮਸੰਦ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ? ਲਹਿੰਦੀ ਪੰਜਾਬੀ, ਫਾਰਸੀ, ਅਰਬੀ ਜਾਂ ਉਰਦੂ? ਲਹਿੰਦੀ ਪੰਜਾਬੀ, ਫਾਰਸੀ, ਅਰਬੀ ਜਾਂ ਫਿਰ ਉਰਦੂ? ਇਸਦਾ ਜੋ ਰਾਈਟ ਆਂਸਰ ਆਪਣੇ ਕੋਲ ਹੈ, ਰਾਈਟ ਆਂਸਰ ਆਪਣੇ ਕੋਲ ਕੀ ਹੈ ਵੀ ਫਾਰਸੀ। ਮਸੰਦ ਕਿਹੜੀ ਭਾਸ਼ਾ ਦਾ ਸ਼ਬਦ ਹੈ? ਫਾਰਸੀ ਭਾਸ਼ਾ ਦਾ ਸ਼ਬਦ ਹੈ। ਹੁਣ ਮਸੰਦ ਪ੍ਰਥਾ ਬੜੇ ਡਿਟੇਲ ਨਾਲ ਕਰੀ ਵੀ ਹੈ, ਅੱਗੇ ਵੀ ਇਸ ਨੂੰ ਡਿਸਕਸ ਕਰਦੇ ਹਾਂ। ਮਸੰਦ ਪ੍ਰਥਾ ਦੀ ਸ਼ੁਰੂਆਤ ਕਿਹਨਾਂ ਦੁਆਰਾ ਕੀਤੀ ਗਈ? ਗੁਰੂ ਰਾਮਦਾਸ ਜੀ ਦੁਆਰਾ ਕੀਤੀ ਗਈ। ਕਿੰਨਵੇਂ ਗੁਰੂ ਸਨ ਸਿੱਖਾਂ ਦੇ? ਗੁਰੂ ਰਾਮਦਾਸ ਜੀ ਕਿੰਨਵੇਂ ਗੁਰੂ ਸਨ? ਫੋਰਥ। ਗੁਰੂ ਰਾਮਦਾਸ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ? ਫੋਰਥ। ਸਿੱਖ ਸਰਦਾਲੂ, ਮਸੰਦ ਪ੍ਰਥਾ ਕੀ ਸੀ, ਮਤਲਬ ਕੀ ਸੀ ਇਹਦਾ? ਸਿੱਖ ਸਰਦਾਲੂ ਪਿੰਡਾਂ ਵਿੱਚ ਜਾ ਕੇ ਸੇਵਾ ਇਕੱਠੀ ਕਰਦੇ ਸਨ, ਨਾਲ ਨਾਲ ਸਿੱਖ ਧਰਮ ਦਾ ਕੀ ਕਰਦੇ ਸਨ? ਪ੍ਰਚਾਰ ਕਰਦੇ ਸਨ। ਤਾਂ ਹੁਣੇ ਆਪਾਂ ਪੜ੍ਹਿਆ ਮਸੰਦ ਕਿਹੜੀ ਪਾਤਸ਼ਾਹ ਦਾ? ਫਾਰਸੀ। ਹੁਣ ਗੁਰੂ ਰਾਮਦਾਸ ਜੀ ਦੁਆਰਾ ਹੋਰ ਕਿਹੜੇ ਕਿਹੜੇ ਮਤਲਬ ਸਿੱਖ ਧਰਮ ਵਿੱਚ ਯੋਗਦਾਨ ਪਾਇਆ ਗਿਆ? ਲਾਵਾਂ ਦੀ ਰਚਨਾ, ਲਾਵਾਂ ਲਾਵਾਂ ਪਤਾ ਨਾ, ਵਿਆਹ ਵੇਲੇ ਕਈ ਖੁਸ਼ ਹੋ ਗਏ ਨੇ ਲਾਵਾਂ ਦੇ ਨਾਮ ਤੇ ਕਿ ਲਾਵਾਂ। ਤਾਂ ਦੇਖੋ, ਪੜ੍ਹ ਲਓ, ਨੌਕਰੀ ਲੱਗ ਜਾਓ, ਫਿਰ ਤੁਹਾਡੀਆਂ ਵੀ ਲਾਵਾਂ ਹੋ ਜਾਣਗੀਆਂ। ਵਿਆਹ ਦੀ ਰਸਮ ਕਿੰਨੀਆਂ ਲਾਵਾਂ? 4 ਲਾਵਾਂ ਪੜ੍ਹੀ ਜਾਂਦੀਆਂ ਨੇ। ਘੋੜੀਆਂ ਨਾਮਕ ਗੀਤ, ਲੈ ਹੁਣ ਕਈ ਹੋਰ ਵੀ ਕੁਛ ਲੈ, ਨਾਲੇ ਲਾਵਾਂ ਨਾਲੇ ਘੋੜੀਆਂ ਨਾ, ਘੋੜੀਆਂ ਨਾਮਕ ਗੀਤ, ਇਹਨਾਂ ਦੀ ਵੀ ਰਚਨਾ ਕਿਹਨਾਂ ਨੇ ਕੀਤੀ? ਆਪਣੇ ਫੋਰਥ ਗੁਰੂ ਗੁਰੂ ਰਾਮਦਾਸ ਜੀ ਨੇ। ਮੁੰਡੇ ਦੇ ਵਿਆਹ ਤੇ ਗਾਈਆਂ ਜਾਂਦੀਆਂ ਨੇ ਘੋੜੀਆਂ, ਠੀਕ ਹੈ। ਤੇ ਇਹ ਸਭ ਨੂੰ ਪਤਾ ਹੈ, ਜਿਹੜੇ ਸੁਹਾਗ ਹੁੰਦੇ ਨੇ ਉਹ ਕੁੜੀ ਦੇ ਵਿਆਹ ਤੇ ਗਾਏ ਜਾਂਦੇ, ਠੀਕ ਹੈ। ਸਾਰੀਆਂ 'ਚ ਸਿੱਠਣੀਆਂ ਦਿੱਤੀਆਂ ਜਾਂਦੀਆਂ ਨੇ ਸਾਲੀਆਂ ਵੱਲੋਂ, ਇਹ ਸਾਰੇ ਕੁਸ਼ਚਨ ਆਉਂਦੇ ਨੇ। ਚਲੋ, ਰਮਾਇਣ ਵਿੱਚ ਪੰਜਾਬ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਪੰਜਾਬ ਦੇਖੋ, ਸਮੇਂ ਸਮੇਂ ਸਿਰ, ਹੁਣ ਤਾਂ ਪੰਜਾਬ ਇੱਦਾਂ ਦਾ ਨਾ ਬਣ ਜਾ ਸਮੋਸਾ, ਹੈ ਨਾ, ਇੱਦਾਂ ਇੱਦਾਂ ਕਰਕੇ ਚਲੋ, ਹੁਣ ਤਾਂ ਪੰਜਾਬ ਇੱਦਾਂ ਦਾ। ਪਹਿਲਾਂ ਪੰਜਾਬ ਹਮੇਸ਼ਾ ਹੀ ਫਿਜੀਕਲੀ ਫੀਚਰ ਜਾਂ ਭੂਗੋਲਿਕ ਤੌਰ 'ਤੇ ਬਦਲਦਾ ਰਿਹਾ, ਅਤੇ ਇਹਦੇ ਅਲੱਗ ਅਲੱਗ ਨਾਮ ਵੀ ਜਿਵੇਂ ਜਿਵੇਂ ਕੋਈ ਆਉਂਦੇ ਸੀ ਅਲੱਗ ਅਲੱਗ ਨਾਮ ਇਸ 'ਤੇ ਪੈਂਦੇ ਰਹਿੰਦੇ। ਤਾਂ ਉਹ ਰਮਾਇਣ ਕਾਲ ਵਿੱਚ ਪੁੱਛ ਰਹੇ ਨੇ ਪੰਜਾਬ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ? ਤਾਂ ਇਹਦਾ ਜੋ ਰਾਈਟ ਆਂਸਰ ਕੀ ਹੈਗਾ ਉਹ ਆਪਣੇ ਕੋਲ ਪੰਚਨੰਦ। ਤਾਂ ਪੰਜਾਬ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ? ਪੰਚਨੰਦ। ਬਾਕੀ ਦੇ ਤੁਸੀਂ ਆਪਸ਼ਨ ਪੜ੍ਹਨੀਆਂ ਨੇ, ਸ਼ਪਤ ਸਿੰਧੂ ਕਦੋਂ ਕਿਹਾ ਜਾਂਦਾ ਸੀ, ਪੈਂਟੋ ਪਟਾਮੀਆ, ਟੱਕ ਪ੍ਰਦੇਸ਼, ਅੱਗੇ ਮੈਂ ਇਹਨਾਂ ਵਿੱਚੋਂ ਕੁਐਸਚਨ ਪਾਵਾਂਗਾ, ਤੁਹਾਡਾ ਗਲਤ ਨਹੀਂ ਹੋਣਾ ਚਾਹੀਦਾ।
160 ਨੰਬਰ ਕੁਐਸਚਨ ਦੇਖੋ। 16ਵੀਂ ਸਦੀ ਦੇ ਆਰੰਭ ਵਿੱਚ, ਠੀਕ ਹੈ, 16th ਸੈਂਚੁਰੀ ਦੇ ਸਟਾਰਟਿੰਗ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਜਾਂ ਮੁੱਖ ਕਿੱਤਾ, ਇੰਪੋਰਟੈਂਟ ਕੁਐਸਚਨ ਇਹ ਤਾਂ ਪਾਇਆ ਕਿਉਂਕਿ ਪੇਪਰ ਵਿੱਚ ਆਇਆ ਹੋਇਆ, ਠੀਕ ਹੈ, ਇੱਕ ਨਹੀਂ ਦੋ ਤਿੰਨ ਪੇਪਰ ਵਿੱਚ 16ਵੀਂ ਸਦੀ ਤੋਂ ਕੁਐਸਚਨ ਆ ਚੁੱਕੇ ਨੇ। ਮੁੱਖ ਜੋ ਪੰਜਾਬ ਦੇ ਲੋਕ ਸੀ ਉਹਨਾਂ ਦਾ ਮੇਨ ਕਾਰੋਬਾਰ ਕੀ ਸੀ? ਪਸ਼ੂ ਪਾਲਣਾ ਸੀ, ਕੱਪੜਾ ਉਦਯੋਗ ਸੀ, ਚਮੜਾ ਉਦਯੋਗ ਜਾਂ ਖੇਤੀਬਾੜੀ। ਉਸ ਟਾਈਮ ਤੇ ਪੰਜਾਬ ਦੇ ਲੋਕ ਕੀ ਕਰਦੇ ਸਨ? ਖੇਤੀਬਾੜੀ। ਪਤਾ ਨਾ, ਦੇਖੋ ਟਾਈਮ ਟੂ ਟਾਈਮ ਹਰੇਕ ਚੀਜ਼ ਚੇਂਜ ਹੁੰਦੀ ਜਾ ਰਹੀ ਹੈ, ਜਿਵੇਂ ਕਿ ਹੌਲੀ ਹੌਲੀ ਖੇਤੀਬਾੜੀ ਲੋਕ ਘੱਟ ਗਏ, ਜਿਵੇਂ ਜੇਕਰ ਮੰਨ ਲਓ ਖੇਤ ਹੈਗੇ ਆ, ਫੈਕਟਰੀ ਲੱਗ ਗਈ ਤਾਂ ਲੋਕ ਫੈਕਟਰੀ ਵੱਲ ਹੋ ਜਾਣਗੇ ਨਾ, ਉਦਯੋਗਿਕ ਵੱਲ ਹੋ ਜਾਣਗੇ। ਜਿਵੇਂ ਲੁਧਿਆਣਾ ਸ਼ਹਿਰ ਲਗਾ ਲਓ, ਜਿਹੜੇ ਪਿੰਡ ਸ਼ਹਿਰ ਵਿੱਚ ਐਡ ਹੋ ਗਏ ਨੇ, ਉੱਥੇ ਲੋਕਾਂ ਨੇ ਮਤਲਬ ਖੇਤੀਬਾੜੀ ਛੱਡ ਕੇ ਕਈਆਂ ਨੇ ਫਲੈਟ ਬਣਾ ਲਏ, ਪੀਜੀਆਂ ਬਣਾ ਲਏ ਨਾ, ਉਹ ਕਿਰਾਏ ਤੇ ਦੇ ਰਹੇ, ਕੋਈ ਫੈਕਟਰੀਆਂ ਲਗਾ ਰਹੇ ਨੇ। ਇਸ ਤਰੀਕੇ ਨਾਲ 16ਵੀਂ ਸਦੀ, ਸੁਣੋ ਜਿਹਨਾਂ ਨੂੰ 16ਵੀਂ ਸਦੀ ਨਹੀਂ ਪਤਾ ਕੀ ਹੁੰਦਾ, ਦੇਖੋ ਹੁਣੇ ਚੱਲ ਰਹੀ 21ਵੀਂ ਸਦੀ, ਮਤਲਬ 2000 ਦਾ ਟਾਈਮ ਚੱਲ ਰਿਹਾ 2000 ਤੋਂ ਅੱਗੇ। ਜੇਕਰ ਆਪਾਂ ਗੱਲ ਕਰੀਏ 16ਵੀਂ, ਤਾਂ 1500 ਤੋਂ 1599 ਤੱਕ ਦੇ ਵਿੱਚ ਵਿੱਚ ਉਹਨਾਂ ਸਟਾਰਟਿੰਗ ਵਿੱਚ ਪੁੱਛਿਆ 1500 ਤੋਂ 1525 ਨੂੰ। ਫਿਰ ਮੁਗਲ ਆ ਗਏ ਸੀ ਨਾ, ਮੁਗਲ ਆ ਗਏ ਤਾਂ ਕਾਰੋਬਾਰ ਧੰਦਾ ਚੇਂਜ ਹੋ ਗਿਆ ਸੀ। ਉਹ ਕੁਸ਼ਚਨ ਆਏਗਾ ਅੱਗੇ, ਪੜ੍ਹ ਕੇ ਆਇਓ ਜੀ, ਤੁਹਾਡਾ ਹੋਮਵਰਕ ਹੈ। ਚਲੋ ਦੇਖੋ, ਲੋਧੀ ਵੰਸ਼ ਦਾ ਸੰਸਥਾਪਕ ਕੌਣ ਸੀ? ਲੋਧੀ ਵੰਸ਼ ਦਾ ਸੰਸਥਾਪਕ, ਆਈ ਥਿੰਕ ਇਹ ਕੁਸ਼ਚਨ ਆਪਾਂ ਕੱਲ੍ਹ ਵੀ ਕਰਿਆ, ਪਰ ਕੱਲ੍ਹ ਹੋਰ ਤਰੀਕੇ ਨਾਲ ਪੁੱਛਿਆ ਗਿਆ ਸੀ, ਤਾਂ ਡਿਟੇਲ ਵਿੱਚ ਦੱਸਿਆ ਸੀ, ਫਿਰ ਵੀ ਕਈਆਂ ਨੇ ਗਲਤ ਕਰ ਦੇਣਾ। ਲੋਧੀ ਵੰਸ਼ ਦਾ ਸੰਸਥਾਪਕ ਸਿਕੰਦਰ ਲੋਧੀ, ਇਬਰਾਹਿਮ ਲੋਧੀ, ਬਹਿਲੋਲ ਲੋਧੀ ਜਾਂ ਦੌਲਤ ਖਾਂ ਲੋਧੀ? ਇਹਦਾ ਰਾਈਟ ਆਂਸਰ ਕੀ ਹੈਗਾ? ਬਹਿਲੋਲ ਲੋਧੀ। ਲੋਧੀ ਵੰਸ਼ ਦੀ ਕੈਪੀਟਲ ਦੀ ਗੱਲ ਕਰੀਏ ਤਾਂ ਕੈਪੀਟਲ ਕੀ ਸੀ? ਦਿੱਲੀ, ਠੀਕ ਹੈ, ਰਾਜਧਾਨੀ ਕਿੱਥੇ ਸੀ? ਦਿੱਲੀ। ਲੋਧੀ ਵੰਸ਼ ਦੀ ਸਥਾਪਨਾ ਕਦੋਂ ਹੋਈ ਸੀ? 1451, ਠੀਕ ਹੈ, 1451। ਪਹਿਲਾਂ ਬਿਲੋਲ ਲੋਧੀ ਸੀ, ਫਿਰ ਸਿਕੰਦਰ ਲੋਧੀ, ਤੇ ਲਾਸਟ ਵਿੱਚ ਕੌਣ ਆਇਆ? ਇਬਰਾਹਿਮ ਲੋਧੀ। ਆਗਰਾ ਸ਼ਹਿਰ ਕਿਹਨੇ ਵਸਾਇਆ ਸੀ? ਸਿਕੰਦਰ ਲੋਧੀ ਨੇ। ਸਾਰੇ ਕੁਐਸਚਨ ਨੂੰ ਡਿਟੇਲ ਵਿੱਚ ਨੋਟ ਕਰਦੇ ਜਾਓ ਜੀ, ਪੀਡੀਐਫ ਵੀ ਪ੍ਰੋਵਾਈਡ ਕਰਵਾ ਦਿਆਂਗੇ। ਅਗਲਾ ਕੁਐਸਚਨ, ਤਿਕੜੀ ਦੀ ਸਰਪ੍ਰਸਤੀ ਦਾ ਸਮਾਂ, ਤਿਕੜੀ ਦੀ ਸਰਪ੍ਰਸਤੀ ਦਾ ਸਮਾਂ ਕਿਹੜਾ ਸੀ? ਹੁਣ ਦੇਖੋ ਜਿਹਨੇ ਹਿਸਟਰੀ ਨਹੀਂ ਪੜ੍ਹੀ ਉਹਨੂੰ ਇਹ ਪਤਾ ਨਹੀਂ ਹੋਏਗਾ ਕਿ ਤਿਕੜੀ ਦੀ ਸਰਪ੍ਰਸਤੀ ਕੀ ਸੀ, ਪਰ ਕੁਐਸਚਨ ਇੰਪੋਰਟੈਂਟ ਹੈ, ਇਹ ਵੀ ਮੈਂ ਦੱਸਦਾ ਕੀ ਸੀਗਾ। ਇੱਕ ਵਾਰ ਇਹਦਾ ਆਂਸਰ ਸੁਣੋ, 1792 ਤੋਂ 96, 94 ਤੋਂ 97, ਠੀਕ ਹੈ, 92 ਤੋਂ 97 ਜਾਂ 94 ਤੋਂ 96। ਰਾਈਟ ਆਂਸਰ ਕੀ ਹੈ? ਸੀ ਹੈ, 1792 ਤੋਂ 1797 ਤਿਕੜੀ ਦੀ ਸਰਪ੍ਰਸਤੀ ਦਾ ਸਮਾਂ ਸੀ। ਹੁਣ ਇਹ ਕੀ ਸੀ ਸੁਣਿਓ ਜੀ, ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ। 1792 ਤੋਂ 97, ਹਾਂਜੀ 1792 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦੀ ਕੀ ਹੋ ਜਾਂਦੀ ਮੌਤ ਤੋਂ ਬਾਅਦ, ਜੋ ਸ਼ੁਕਰ ਚੱਕਿਆ ਮਿਸਲ ਸੀ, ਮਹਾਰਾਜਾ ਰਣਜੀਤ ਸਿੰਘ ਤਾਂ ਛੋਟਾ ਸੀ, ਉਸਦਾ ਕੰਮਕਾਰ ਸੰਭਾਲਿਆ ਸੀ ਰਾਜ ਕੌਰ, ਇਹਨਾਂ ਦੀ ਮਾਤਾ ਮਾਂ ਰਾਜ ਕੌਰ, ਦੀਵਾਨ ਲੱਖ ਰਾਏ, ਲਖਪਤ ਰਾਏ ਵੀ ਕਹਿੰਦੇ, ਸੱਸ ਸਦਾ ਕੌਰ, ਠੀਕ ਹੈ, ਸੱਸ ਸਦਾ ਕੌਰ, ਤਾਂ ਇਹਨਾਂ ਨੇ ਸੰਭਾਲਿਆ ਸੀ। ਕਿੰਨੇ ਜਣੇ ਹੋ ਗਏ? 3 ਜਣੇ। ਇਸ ਸਮੇਂ ਨੂੰ ਕੀ ਕਿਹਾ ਸੀ? ਤਿਕੜੀ ਦੀ ਸਰਪ੍ਰਸਤੀ ਦਾ ਸਮਾਂ। ਤਾਂ 1797 ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਕੀ ਕੀਤਾ ਜਾਂਦਾ ਹੈ? ਰਾਜ ਤਿਲਕ। ਕਿੰਨੇ ਸਾਲ ਦੀ ਉਮਰ ਵਿੱਚ? 17 ਸਾਲ। ਤਾਂ ਸਾਰਾ ਪੜ੍ਹਿਓ ਜੀ ਮਹਾਰਾਜਾ ਰਣਜੀਤ ਸਿੰਘ ਦੀ ਬੈਟਲ ਵਗੈਰਾ, ਕਿਉਂਕਿ ਵਾਰ ਵਾਰ ਕੁਐਸਚਨ ਤੁਹਾਨੂੰ ਹੀ ਪਤਾ, ਡੇਲੀ ਕੁਐਸਚਨ ਆ ਰਹੇ ਇਹਦੇ ਵਿੱਚੋਂ, ਅਤੇ ਇੰਪੋਰਟੈਂਟ ਵੀ ਹੈ। ਨੈਕਸਟ ਦੇਖੋ ਜੀ, ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਕਿਹੜੀ ਮਿਸਲ ਨੂੰ ਫਤਿਹ ਕੀਤਾ ਜਾਂ ਕਿਹੜੀ ਮਿਸਲ 'ਤੇ ਹਮਲਾ ਕੀਤਾ? ਭੰਗੀ ਮਿਸਲ, ਘਨੱਈਆ ਮਿਸਲ, ਰਾਮਗੜੀਆ ਮਿਸਲ, ਫੈਜਲਪੁਰੀਆ ਮਿਸਲ? ਇੱਕ ਗੱਲ ਸੁਣੋ, ਮਹਾਰਾਜਾ ਰਣਜੀਤ ਸਿੰਘ ਦਾ ਮੇਨ ਕੰਮ ਕੀ ਸੀ ਕਿ ਮਿਸਲਾਂ ਨੂੰ ਨਾ, ਜੋ ਪੰਜਾਬ ਵਿੱਚ ਅਲੱਗ ਅਲੱਗ ਇਸ ਤਰੀਕੇ ਨਾਲ ਮਿਸਲਾਂ ਹੈਗੀਆਂ ਸੀ, ਸਾਰਿਆਂ ਨੂੰ ਕੀ ਕਰਿਆ? ਇਕੱਠਾ ਕਰਕੇ ਇੱਕ ਰਾਜ ਸਥਾਪਿਤ ਕੀਤਾ। ਤਾਂ ਸਭ ਤੋਂ ਪਹਿਲਾਂ ਕਿਹੜੀ ਮਿਸਲ 'ਤੇ ਅਟੈਕ ਕੀਤਾ ਸੀ? ਭੰਗੀ ਮਿਸਲ 'ਤੇ। ਤਾਂ ਮਹਾਰਾਜਾ ਰਣਜੀਤ ਸਿੰਘ ਟਾਈਮ ਪੰਜਾਬ ਦਾ ਨਾਮ ਸੀਗਾ ਸੂਬਾ, ਪੰਜਾਬ ਸੂਬਾ, ਠੀਕ ਹੈ, ਚਲੋ ਲਾਹੌਰ ਸੂਬਾ, ਸੋਰੀ। ਤਾਂ ਦੇਖੋ ਜੀ, ਲਾਹੌਰ ਦੀ ਜਿੱਤ
ਜਿਹੜੀ ਇਹ ਪਹਿਲੀ ਸੀ ਨਾ, ਪਹਿਲੀ ਲੜਾਈ ਲਾਹੌਰ ਦੀ ਜਿੱਤ ਭੰਗੀ ਮਿਸਲ ਨਾਲ ਹੋਈ ਸੀ, ਤੇ ਕੌਣ ਅਗਵਾਈ ਕਰ ਰਹੀ ਸੀ? ਸਾਹਿਬ ਕੌਰ, ਮਾਹ ਸਿੰਘ ਅਤੇ ਚੇਤ ਸਿੰਘ। ਦੂਸਰੀ ਬੈਟਲ ਲਿਖਿਆ ਨੇ ਯਾਦ ਕਰ ਲਓ ਜੀ, ਅੰਮ੍ਰਿਤਸਰ ਦੀ ਜਿੱਤ 1805, ਕਸੂਰ ਦੀ ਜਿੱਤ 1807, ਜੰਗ ਦੀ ਜਿੱਤ 1807, ਸਿਆਲਕੋਟ 1808, ਜੰਮੂ ਦੀ ਜਿੱਤ 1809, ਕਾਂਗੜਾ ਦੀ ਜਿੱਤ 1809, ਅਟਕ 1813, ਮੁਲਤਾਨ 1818, ਕਸ਼ਮੀਰ 1800, ਕਸ਼ਮੀਰ ਦੀ ਜਿੱਤ 1819। ਠੀਕ ਹੈ, ਇਹ ਇੰਪੋਰਟੈਂਟ ਹੈ, ਮੈਂ ਇਹ ਕੁਸ਼ਚਨ ਪਾਇਆ। ਹੁਣ ਤੁਸੀਂ ਪੜ੍ਹਨਾ ਕਿਉਂ ਇੰਪੋਰਟੈਂਟ ਹੈ, ਕਿ ਗੱਲ ਹੋਏਗੀ ਕੋਈ ਹੀਰਾ ਮਿਲਿਆ ਸੀ ਨਾ। ਪੇਸ਼ਾਵਰ ਦੀ ਜਿੱਤ 1834, ਕੁਛ ਲੜਾਈਆਂ ਵਿੱਚ ਨਹੀਂ ਹੈਗੀਆਂ, ਜਮਦੌਰ ਦੀ ਹੈ ਨਾ ਲਿਖੀ, ਉਹ ਵੀ ਸਭ ਨੇ ਯਾਦ ਕਰਨਾ। ਤਾਂ ਨੈਕਸਟ ਦੇਖੋ, ਨੈਕਸਟ ਹੈਗਾ, ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਮ ਕੀ ਸੀ? ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਮ ਕੀ ਸੀ? ਤਾਂ ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਮ ਸੀ ਆਪਸ਼ਨ ਬੀ, ਲਕਸ਼ਮਣ ਦਾਸ। ਨਾਮ ਸਾਰੇ ਲਿਖੇ ਨੇ, ਮੁੱਢਲਾ ਦਾ ਮਤਲਬ ਜੋ ਸ਼ੁਰੂ ਵਿੱਚ ਸੀ। ਡਿਟੇਲ ਵਿੱਚ ਪੜ੍ਹ ਲੈਂਦੇ ਆਪਾਂ। ਬੰਦਾ ਸਿੰਘ ਬਹਾਦਰ ਜਨਮ ਹੁੰਦਾ 27 ਅਕਤੂਬਰ 1670, ਕਸ਼ਮੀਰ ਦੇ ਜ਼ਿਲ੍ਹਾ ਪੁਣਛੀ, ਪਿੰਡ ਰਾਜੌਰੀ, ਜ਼ਿਲ੍ਹਾ ਪੁਣਛੀ, ਪਿੰਡ ਰਾਜੌਰੀ। ਪਿਤਾ ਦਾ ਨਾਮ ਰਾਮਦੇਵ, ਪਤਨੀ ਦਾ ਨਾਮ ਸਾਹਿਬਗੁਰ, ਤੇ ਪੁੱਤਰ ਦਾ ਨਾਮ ਅਜੇ ਸਿੰਘ। ਯਾਦ ਰੱਖਿਓ ਜੀ, ਉਪਨੇਮ ਸਟਾਰਟਿੰਗ ਵਿੱਚ ਕੀ ਸੀ? ਲਕਸ਼ਮਣ ਦਾਸ, ਫਿਰ ਮਾਧੋ ਦਾਸ ਵੀ ਪਿਆ, ਬੰਦਾ ਵੈਰਾਗੀ ਵੀ ਬਣੇ, ਬੰਦਾ ਸਿੰਘ ਬਹਾਦਰ ਤੇ ਗੁਰਬਖਸ਼ ਸਿੰਘ ਵੀ ਇਹਨਾਂ ਦਾ ਨਾਮ ਰੱਖਿਆ ਗਿਆ। ਵੈਰਾਗੀ ਦਾ ਰੂਪ ਕਦੋਂ ਧਾਰਨ ਕੀਤਾ? ਇੱਕ ਵਾਰ ਬਚਪਨ ਵਿੱਚ ਇੱਕ ਹਿਰਨੀ ਦਾ ਕੀ ਹੋ ਗਿਆ ਸੀ, ਸ਼ਿਕਾਰ ਕਰਤਾ, ਮਾਰਤਾ ਹਿਰਨੀ ਨੂੰ, ਬਚਪਨ ਦੀ ਗੱਲ ਹੈ ਨਾ। ਤਾਂ ਉਸ ਤੋਂ ਬਾਅਦ ਉਹਦਾ ਵਿਚਾਰੇ ਬੱਚਾ ਨਾ, ਮਾਂ ਜਦੋਂ ਉਹਦੀ ਡੈਥ ਹੋ ਗਈ ਤਾਂ ਬੱਚਾ ਵਿਚਾਰਾ ਭਟਕ ਰਿਹਾ ਸੀ, ਤਰਸ ਹੈ ਨਾ, ਉਸ ਨੂੰ ਵੇਖ ਕੇ ਤਰਸ ਆ ਗਿਆ। ਤਾਂ ਬੰਦਾ ਸਿੰਘ ਬਹਾਦਰ ਨੂੰ ਲੱਗਿਆ ਵੀ ਇਹ ਤਾਂ ਮੇਰੇ ਕੋਲੋਂ ਕੀ ਹੋ ਗਿਆ, ਬਹੁਤ ਗਲਤ ਹੋ ਗਿਆ। 15 ਸਾਲ ਦੀ ਉਮਰ ਵਿੱਚ ਸੰਸਾਰ, ਕਹਿੰਦੇ ਸੰਸਾਰ ਕੀ ਕਰਤਾ, ਤਿਆਗ ਦਿੱਤਾ। ਤੇ ਜਨਕੀ ਦਾਸ ਬੈਰਾਗੀ ਨੂੰ ਮਿਲੇ, ਇੰਪੋਰਟੈਂਟ ਆ, ਪੁੱਛ ਲਓ ਜੀ, ਪੁੱਛ ਲੈਂਦੇ। ਜਨਕੀ ਦਾਸ ਬੈਰਾਗੀ ਨੂੰ ਮਿਲੇ ਅਤੇ ਆਪਣਾ ਨਾਮ ਕੀ ਰੱਖਿਆ? ਮਾਧੋ ਦਾਸ। ਤਾਂ ਮਾਧੋ ਦਾਸ ਕਦੋਂ ਰੱਖਿਆ? ਜਨਕੀ ਦਾਸ ਬੈਰਾਗੀ ਨੂੰ ਮਿਲਣ ਤੋਂ ਬਾਅਦ। ਤੇ ਤੰਤਰ ਵਿੱਦਿਆ ਕਿੱਥੋਂ ਸਿੱਖੀ ਸੀ? ਔਕੜ ਨਾਥ ਤੋਂ, ਨੰਦੇੜ ਵਿੱਚ। ਤੰਤਰ ਵਿੱਦਿਆ ਕਿੱਥੋਂ ਸਿੱਖੀ? ਔਕੜ ਨਾਥ ਤੋਂ, ਨੰਦੇੜ। ਚਲਦੇ ਹਾਂ ਆਪਣੇ ਲਾਸਟ ਕੁਸ਼ਚਨ ਵੱਲ। ਖਾਲਸਾ ਪੰਥ ਦੀ ਸਥਾਪਨਾ ਸਮੇਂ ਭਾਰਤ ਦਾ ਮੁਗਲ ਸ਼ਾਸਕ ਕੌਣ ਸੀ? ਤਾਂ ਖਾਲਸਾ ਪੰਥ ਬਾਰੇ ਆਪਾਂ ਪੜ੍ਹਿਆ ਬੜੇ ਡਿਟੇਲ ਨਾਲ, ਹੈ ਨਾ, ਕਾਫੀ ਕੁਸ਼ਚਨ ਹੁਣ ਤੱਕ ਤਾਂ ਆਪਾਂ ਕਰ ਚੁੱਕੇ ਹਾਂ। ਤਾਂ ਉਸ ਟਾਈਮ ਇੰਡੀਆ 'ਚ ਮੁਗਲ ਕਿਹੜੇ ਮੁਗਲ ਦਾ ਰਾਜ ਸੀ, ਤਾਂ ਕੌਣ ਸੀ? ਔਰੰਗਜ਼ੇਬ। ਦੇਖੋ ਗੱਲ ਸੁਣੋ, ਜਦੋਂ ਵੀ ਪੜ੍ਹਨਾ, ਅੱਜ ਆਪਾਂ ਕੀ ਕਰ ਰਹੇ ਹਾਂ, Day 11 ਕਰ ਰਹੇ ਹਾਂ, 10 ਕਲਾਸਿਸ ਹੋ ਚੁੱਕੇ ਨੇ ਨਾ। ਤੁਸੀਂ ਡੇਲੀ ਹੀ, ਡੇਲੀ ਮਤਲਬ ਰੋਜ਼, ਰੋਜ਼ ਗੁਲਾਬ ਨਹੀਂ, ਰੋਜ਼ ਤੁਸੀਂ 1 ਤੋਂ ਸ਼ੁਰੂ ਕਰੋ, 10 ਤੱਕ ਰਿਵੀਜ਼ਨ ਕਰੋ, ਡੇਲੀ ਕਰੋ ਇੱਦਾਂ, 1 ਤੋਂ ਸ਼ੁਰੂ 10 ਤੱਕ, 1 ਤੋਂ ਸ਼ੁਰੂ ਫਿਰ 11 ਤੱਕ, ਫਿਰ 12 ਵਜੇ, ਇੱਦਾਂ ਡੇਲੀ ਰਿਵੀਜ਼ਨ ਕਰੋਗੇ ਤਾਂ ਤੁਹਾਡਾ ਕੋਈ ਵੀ ਮਨ ਵਿੱਚ ਡਾਊਟ ਨਹੀਂ ਹੋਏਗਾ, ਆਪਣੇ ਮਾਇੰਡ ਵਿੱਚ ਕੁਸ਼ਚਨ ਵੀ ਸੈੱਟ ਹੋਣਗੇ। ਠੀਕ ਹੈ, ਤਾਂ ਅੱਜ ਦੇ ਲਈ ਇੰਨਾ ਹੀ। ਸਭ ਨੇ ਚੈਨਲ ਨੂੰ ਕੀ ਕਰਨਾ ਹੈ, ਸਭ ਨੇ ਚੈਨਲ ਨੂੰ ਕੀ ਕਰਨਾ, ਸਬਸਕ੍ਰਾਈਬ ਕਰਨਾ, ਅਤੇ ਵੀਡੀਓ ਨੂੰ ਕੀ ਕਰਨਾ, ਲਾਈਕ ਜ਼ਰੂਰ ਕਰਨਾ। PDF ਮੈਂ ਪ੍ਰੋਵਾਈਡ ਕਰਵਾ ਦਿਆਂਗਾ, ਅਤੇ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ, ਸ਼ੇਅਰ ਸਭ ਨੇ ਜ਼ਰੂਰ ਕਰਨਾ। 300 ਤੱਕ ਆਪਾਂ ਜਾਣਾ, ਤਾਂ ਬੜੇ ਵਧੀਆ ਤਰੀਕੇ ਨਾਲ ਆਪਾਂ ਇਸ ਨੂੰ ਕੀ ਕਰਦੇ ਰਹਾਂਗੇ, ਕਵਰ ਕਰਦੇ ਰਹਾਂਗੇ। ਅੱਜ ਦੇ ਲਈ ਇੰਨਾ ਹੀ, ਓਕੇ ਜੀ, ਥੈਂਕ ਯੂ।